ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਕਾਇਆ ਮਾਜਸ ਕੌਣ ਗੁਣਾ, ਜੋ ਘਟ ਪੀਤਰ ਹੈ ਮਲਨਾ। ਲੋਕੀ ਅਠਸਰ ਤੀਰਥ ਨਾਈ, ਕੌਰਾ ਪੰਤਉ ਨਾ ਜਾਈ। ਕਹਿੰਦੇ ਸਰੀਰ ਨੂੰ ਮਾਂਜਣ ਨਾ ਕਿਹੜਾ ਗੁਣ, ਤੇ ਜੇ ਹਿਰਦਾ ਮੈਲ ਨਾ ਭਰਿਆ। ਲੋਕੀ ਤੁੰਬੀ ਨੂੰ 68 ਤੀਰਥਾਂ ਤੇ ਇਸ਼ਨਾਨ ਕਰਾ ਲਿਆ, ਫਿਰ ਵੀ ਉਹਦਾ ਕੌੜਾ ਪਨ ਨਹੀਂ ਗਿਆ। ਇਸ ਤਰ੍ਹਾਂ ਲੋਕ ਤੀਰਥਾਂ ਤੇ ਜਾਂਦੇ ਆ, ਪਰ ਜਾ ਕੇ ਮਨ ਦੇ ਔਗਣ ਨਹੀਂ ਤਿਆਗਦੇ। ਉਹਦੇ ਬਾਰੇ ਦੱਸਿਆ, ਜੈਸੇ ਕੋਈ ਪਾਤਰ ਮਦਰੇ ਸੇ ਭਰਿਆ ਹੁਆ ਹੋ, ਫਿਰ ਉਸ ਮਦਰੇ ਦੇ ਪਾਤਰ ਕੋ 100 ਵਾਰੀ ਜਲ ਸੇ ਧੋਇਆ ਜਾਵੇ, ਕਵੀ ਸੁੱਧ ਨਾ ਹੋਵੇਗਾ। ਕਹਿੰਦੇ ਕਦੀ ਸੁੱਧ ਹੋ ਜਾਏਗਾ, ਕਿੰਤੂ ਨਹੀਂ ਸੁੱਧ ਹੋਗਾ। ਜੈਸੇ ਜਿਸ ਪੁਰਖ ਕਾ ਅੰਤਗਨ ਪਾਪੋਂ ਸੇ ਮਲੀਨ ਹੋ ਰਹਾ ਹੈ, ਫਿਰ ਬਾਹਰ ਸੇ ਸਰੀਰ ਕੋ ਜਲ ਸੇ ਮਲ ਮਲ ਕੇ ਇਸ਼ਨਾਨ ਕਰਾਣੇ ਸੇ ਕਵੀ ਸ਼ੁੱਧ ਹੋ ਜਾਏਗਾ, ਕਿੰਤੂ ਨਹੀਂ ਹੋਗਾ। ਭਾਵ ਸਰੀਰ ਕੀ ਸ਼ੁੱਧੀ ਜਲ ਕੇ ਇਸ਼ਨਾਨ ਕਰਕੇ ਕਰਨੇ ਸੇ ਹੋਵੇ ਹੈ, ਔਰ ਮਨ ਕੀ ਸ਼ੁੱਧੀ ਜਪੀ ਤਪਕੀ ਸੇਵਾ ਸੇ ਤਥਾ ਈਸ਼ਵਰ ਕੀ ਭਗਤੀ ਸੇ ਹੋਵੇ ਹੈ। ਇਸ ਵਾਸਤੇ ਗ੍ਰਿਸਤੀ ਕੋ ਦੋ ਧਰਮ ਬਤਾਏ ਗਏ ਹੈ। ਸ਼ੰਕਾ, ਦੇਹ ਕੀ ਸ਼ੁੱਧੀ ਲੀਏ ਬਾਹਰ ਤੀਰਥ ਬਹੁਤ ਹੈ, ਮਨ ਕੀ ਸ਼ੁੱਧੀ ਕੇ ਲੀਏ ਤੀਰਥ ਕੌਣ ਹੈ। ਦੋਹਰਾ, ਮਾਤ ਪਿਤਾ ਗੁਰ ਕੀ ਭਗਤ, ਸਤ ਤਪ ਗੁਣ ਨਿਗਰੇ, ਕਿਰਪਾ ਸਰਪਰ ਸਪਤ ਹੈ ਅੰਤਰ ਤੀਰਥੇ। ਆਪਣੇ ਉਤਪਤੀ ਕੇ ਜਨਕ, ਮਾਤਾ ਪਿਤਾ ਮਨ ਵਾਣੀ ਸਰੀਰ ਸੇ ਜੋ ਇਹਨਾਂ ਕੀ ਸੇਵਾ ਕਰਨੀ, ਜੇ ਦੋ ਅੰਤਰ ਕੇ ਤੀਰਥ ਹੈ। ਐਸੀ ਸੇਵਾ ਕਿਸੇ ਨੇ ਕਰੀ ਹੈ, ਐਸੀ ਸੇਵਾ ਨਾ ਆਪਣੇ ਮਾਤਾ ਪਿਤਾ ਕੀ ਸ਼੍ਰੀ ਰਾਮ ਚੰਦਰ ਆਨੰਦ ਕਾਮ ਨੇ ਕਰੀ। ਜਿਸ ਸਮੇਂ ਰਾਜਾ ਦਸ਼ਰਥ ਸ਼੍ਰੀ ਰਾਮ ਚੰਦਰ ਕੋ ਰਾਜ ਦੇਣੇ ਲਈ ਰਾਜ ਤਿਲਕ ਕਾ ਸਭ ਬੰਦੋਬਸਤ ਕਰ, ਜਬ ਰਾਜਾ ਰਣਵਾਸ ਮੇਂ ਗਿਆ, ਤਬ ਕਈ ਨੇ ਦੋ ਵਾਰ ਮੰਗੇ, ਏਕ ਮੇਰੇ ਪੁੱਤਰ ਕੋ ਰਾਜ, ਦੂਸਰਾ 14 ਵਰਸ ਰਾਮ ਕੋ ਬਨਵਾਸ। ਜੇ ਬਾਤ ਸੁਣ ਕੇ ਰਾਜਾ ਮੂਰਛਾ ਖਾ ਕੇ ਧਰਤੀ ਪਰ ਗਿਰ ਪੜਾ, ਤਬ ਕੋ ਕਈ ਨੇ ਸ੍ਰੀ ਰਾਮ ਚੰਦਰ ਜੀ ਕੋ ਬੁਲਾ ਭੇਜਾ, ਮਾਤਾ ਕੀ ਆਗਿਆ ਸੁਣ ਕੇ, ਜੈਸੇ ਬੈਠੇ ਸੇ ਤੈਸੇ ਚਲ ਚਲ ਕਰ ਰਣਵਾਸ ਮੈਂ ਆਏ। ਦੇਖਾ ਰਾਜਾ ਜੀ ਮੂਰਛਾ ਹੋਏ ਪੜੇ ਹੈ। ਮਾਤਾ ਨੇ ਪੁੱਛਿਆ, ਪਿਤਾ ਜੀ ਕੋ ਕਿਆ ਦੁੱਖ ਹੈ। ਮਾਤਾ ਨੇ ਕਿਹਾ, ਤੁਮ ਪੁੱਤਰ ਹੋ, ਜੋ ਦੁੱਖ ਹੈ ਸੋ ਤੁਮ ਦੂਰ ਕਰੋ। ਰਾਮ ਜੀ ਨੇ ਕਿਹਾ ਕਿ ਹੇ ਮਾਤਾ ਜੀ, ਸ਼ਾਸਤਰ ਮੈਂ ਉੱਤਮ ਮਹਿਮਾ ਉੱਤਮ ਮਧਮ ਕਨਿਸ਼ਠ ਤੀਨ ਦਰੋਂ ਕੇ ਪੁੱਤਰ ਕਹੇ ਹੈ, ਜੋ ਮਾਤਾ ਪਿਤਾ ਕੇ ਹਿਰਦੇ ਕੀ ਸਮਝ ਕਰ ਕਹੇ ਤੇ ਬਿਨਾਂ ਸੇਵਾ ਕਰੇ ਸੋ ਉੱਤਮ ਪੁੱਤਰ ਹੈ, ਜੋ ਮਾਤਾ ਪਿਤਾ ਕਹੇ ਸੀ ਸੇਵਾ ਕਰੇ ਸੋ ਮਧਮ ਪੁੱਤਰ ਹੈ, ਜੋ ਮਾਤਾ ਦੇ ਕਹਿਣੇ ਸੇ ਵੀ ਸੇਵਾ ਨਾ ਕਰੇ ਸੋ ਕਨਿਸ਼ਠ ਪੁੱਤਰ ਹੈ। ਸੋ ਹੇ ਮਾਤਾ ਜੀ, ਨਾ ਮੈਂ ਉੱਤਮ ਪੁੱਤ ਹੂੰ, ਨਾ ਮੈਂ ਕਨਿਸ਼ਠ ਪੁੱਤਰ ਹੂੰ, ਮੈਂ ਤੂੰ ਮਧਮ ਪੁੱਤਰ ਹੂੰ। ਜਬ ਪਿਤਾ ਮੁਖ ਸੇ ਨਾ ਕਹੇ ਤਬ ਲੋਕ ਮੇਰੇ ਕੋ ਕੀ ਮਲੂਮ ਹੈ, ਪਿਤਾ ਕੋ ਕਿਆ ਦੁੱਖ ਹੈ। ਜਦੀ ਮੇਰਾ ਸਿਰ ਮੰਗੇ ਤੋ ਮੈਂ ਸਿਰ ਦੇਣੇ ਕੋ ਤਿਆਰ ਹੂੰ। ਜਬ ਰਾਧਾ ਸ਼ਨੇ ਕਹਾ ਤਬ ਉਸੀ ਰਾਜ ਅਨੇਕ ਤਰ੍ਹਾਂ ਕੇ ਕਸ਼ਟ ਸਾਰੇ, ਪਰ ਪਿਤਾ ਕੀ ਆਗਿਆ ਨਹੀਂ ਮੋੜੀ। ਲਿਖਾ ਹੈ ਆਗਿਆ ਸਮ ਸਾਹਿਬ ਨੇ ਸੇਵਾ, ਤੇ ਕਈ ਨੇ ਕੀ ਕੀਤਾ, ਸਾਰਾ ਘਰ ਉਜਾੜ ਦਿੱਤਾ। ਪੁੱਤ ਨੂੰ ਰਾਜ ਦਵਾਉਂਦੀ ਨੇ, ਪਤੀ ਮਰ ਗਿਆ, ਕੋਠੇ ਤੋਂ ਛਾਲ ਮਾਰ ਕੇ ਉਹ ਬਨਵਾਸ ਘੁੰਮਦੇ ਰਹਿ। ਸੀਤਾ ਬਜਾਰੀ ਰਾਵਣ ਚੁੱਕ ਕੇ ਲਿਆ, ਕਿੰਨਾ ਕਲੇਸ਼ ਹੋਇਆ।
ਸੋਇ ਸੇ ਜੋ ਮਾਤਾ ਦੀ ਆਗਿਆ ਮੰਨਣੀ ਹੈ ਸੇ ਸਮਾਨ ਔਰ ਸੇਵਾ ਨੀ ਤੇ ਸਰਲ ਸਤ ਮਾਰਗ ਸੇ ਉਪਦੇਸ਼ ਦੇਣ ਵਾਲੇ ਜੋ ਗੁਰੂ ਹੈ ਫਿਰ ਉਣਕੀ ਭਗਤੀ ਜਾਣੇ ਸੇਵਾ ਕਰੇ ਫਿਰ ਚੌਥਾ ਸਤ ਕੋ ਧਾਰਨ ਕਰੋ ਸੱਚ ਬੋਲੇ ਜੋ ਬਾਣੀ ਕਰੇ ਉਸ ਕੋ ਪੂਰੀ ਕਰੇ ਐਸੇ ਸੱਚ ਬੋਲਣ ਫਲ ਕੀ ਹੋਵੇ ਹੈ ਮਹਾਂਪਾਤ ਕੇ ਬਨ ਪਰਵ 184 ਤੇ ਮੈਂ ਜੇ ਕਥਾ ਆਤੀ ਹੈ ਵੈਸ਼ ਪਾਇਨ ਜੀ ਬੋਲੇ ਹੇ ਰਾਜਾ ਜਨਮੇਜੇ ਇਸ ਕੇ ਪਿਛੇ ਪਾਂਡੂਆਂ ਨੇ ਮਾਰਕੰਡੇ ਜੀ ਕਹਾ ਕਿ ਮਹਾਰਾਜ ਹਮ ਲੋਕ ਮੁਖ ਮੁਖ ਬ੍ਰਹਮਣੋ ਕਾ ਮਹਾਤਮਾ ਸੁਣਨਾ ਚਾਹਤੇ ਹੈ ਆਪ ਕਿਰਪਾ ਕਰ ਕਹੀਏ ਜੈ ਸੁਣ ਕਰ ਮਹਾਂ ਤੇਜਸਵੀ ਤਪਸਵੀ ਔਰ ਸ਼ਾਸਤਰੀ ਮਾਰਕੰਡੇ ਜੀ ਬੋਲੇ ਕਿ ਹੈ ਵੰਸ਼ ਮੈਂ ਇਕ ਵੱਡਾ ਸੂਰਵੀਰ ਔਰ ਸਰੂਪਵਾਨ ਰਾਜਕੁਮਾਰ ਥਾ ਇਕ ਦਿਨ ਵੋ ਹੇਰ ਕੋ ਖੇਲਣੇ ਕੋ ਬਨ ਮੈਂ ਗਿਆ ਬਾਹਾਂ ਉਸਨੇ ਇਕ ਮੁਨੀ ਕੋ ਜੋ ਕਾਲੇ ਹਰਨ ਕੀ ਚਰਮ ਓਡੇ ਹੋਏ ਦੇਖਾ ਔਰ ਉਹ ਵੋ ਉਨਕੋ ਘਾਸ ਮੈਂ ਛਿਪੇ ਹੋਣੇ ਕੇ ਕਾਰਨ ਸੇ ਹਰਨ ਸਮਝ ਕਰ ਮਾਰ ਕਰ ਗਰਾ ਦਿਆ ਜਬ ਉਹ ਕਮਲ ਲੁਚ ਰਾਜਕੁਮਾਰ ਪਾਸ ਗਿਆ ਔਰ ਦੇਖਾ ਕਿ ਮਿਰਗ ਨਹੀਂ ਹੈ ਕਿੰਤੂ ਮੁਨੀ ਮਾਰੇ ਗਏ ਹੈ ਤਾਂ ਉਸ ਕੋ ਬੜਾ ਦੁੱਖ ਹੁਆ ਔਰ ਬਹੁਤ ਸ਼ੋਕ ਸੇ ਅਚੇਤ ਸਾ ਹੋ ਕਰ ਆਪਣੇ ਹੈ ਦੇਸ਼ ਕੋ ਲੌਟ ਕਰ ਚਲਾ ਆਇਆ ਔਰ ਉਸ ਦੇਸ਼ ਕੋ ਸਭ ਬੁੱਧੀਵਾਨ ਰਾਜਾਓਂ ਸੇ ਜਬ ਬਿਰਤਾਂਤ ਕਹਾ ਹਾਂਜੀ ਬੇਰਾਜਾ ਲੋਕ ਵੀ ਉਸ ਫਲ ਔਰ ਮੂਲ ਭੋਜਨ ਕਰਨ ਵਾਲੇ ਮੁਨੀ ਕੇ ਮਾਰੇ ਜਾਣੇ ਕਾ ਹਾਲ ਸੁਣ ਕਰ ਮਹਾਂ ਦੁਖੀ ਹੋਏ ਔਰ ਇਸ ਬਾਤ ਕੋ ਜਾਣਨੇ ਕੇ ਲੀਏ ਬੇ ਮੁਨੀ ਕੌਣ ਔਰ ਕਿਸ ਕਾ ਪੁੱਤਰ ਥਾ ਬੇ ਸਭ ਬਨ ਕੋ ਚਲੇ ਆਏ ਔਰ ਉਸ ਮਾਰੇ ਹੋਏ ਮੁਨੀ ਕੋ ਢੂੰਡਣ ਲੱਗੇ ਢੂੰਡਦੇ ਹੁੰਦੇ ਕਸ਼ਪ ਗੋਤਰੀ ਅਰਿਸ਼ਟ ਨੇਮ ਨਾਮੀ ਨਾਮ ਰਿਖੀ ਕੇ ਆਸ਼ਰਮ ਮੈਂ ਪਹੁੰਚੇ ਔਰ ਵਹਾਂ ਉਸ ਮੁਨੀ ਕੋ ਡਾਂਡਵਤ ਕਰਕੇ ਬੈਠ ਗਏ ਉਸ ਰਿਸ਼ੀ ਨੇ ਉਨਕਾ ਆਦਰ ਸਤਿਕਾਰ ਕਰਕੇ ਉਨਕੀ ਪੂਜਾ ਕਰਨੀ ਚਾਹੀ ਪਰੰਤੂ ਸਭ ਬੋਲੇ ਕਿ ਮਹਾਰਾਜ ਤੁਮ ਲੋਕ ਕਰਮ ਦੋਸ਼ ਕੇ ਕਾਰਨ ਸੇ ਪੂਜਾ ਕੇ ਯੋਗ ਨਹੀਂ ਹਾਂਜੀ ਹਮ ਹਮਾਰੇ ਹੱਥ ਸੇ ਬ੍ਰਾਹਮਣ ਮਾਰਾ ਗਿਆ ਹੈ ਜੇ ਸੁਣ ਕਰ ਵੈ ਰਿਸ਼ੀ ਬੋਲਾ ਕਿ ਤੁਹਾਰੇ ਹੱਥ ਸੇ ਵੈ ਬ੍ਰਾਹਮਣ ਕੈਸੇ ਮਾਰਾ ਗਿਆ ਹੈ ਔਰ ਜਬ ਵੈ ਮਰਾ ਹੁਆ ਕਹਾਂ ਹੈ ਹਮ ਕੋ ਜੈ ਸਭ ਬਤਾਓ ਔਰ ਹਮਾਰੇ ਤਪ ਕੇ ਬਲ ਕੋ ਦੇਖੋ ਜੈ ਸੁਨਗੁਣ ਰਜਾਵ ਨੇ ਸਭ ਵਰਤਾਂਤ ਕਹਿ ਸੁਣਾਇਆ ਔਰ ਵੋ ਉਸ ਮੁਨੀ ਕੋ ਸਾਥ ਲੈ ਕਰ ਬਨ ਮੈਂ ਉਸ ਮਰੇ ਹੋਏ ਮੁਨੀ ਕੋ ਢੂੰਡਣੇ ਗਏ ਪਰੰਤੂ ਵੈ ਨਿਰਜੀਵ ਮੁਨੀ ਉਨਕੋ ਕਹੀ ਨਾ ਮਿਲਾ ਇਸੇ ਵੋ ਸਭ ਅਚੇਤ ਔਰ ਲੱਜਤ ਹੋ ਗਏ ਤਾਂ ਵਰਿਸ਼ਟ ਨੇਮ ਰਿਹੀ ਨੇ ਹੱਸ ਕਰ ਕਹਾ ਕਿ ਦੇਖੋ ਵੈ ਬ੍ਰਾਹਮਣ ਜੋ ਤੁਹਾਰੇ ਹੱਥ ਸੇ ਮਾਰਾ ਗਿਆ ਥਾ ਸੋ ਜੈ ਹੈ ਜੈ ਮੇਰਾ ਪੁੱਤਰ ਹੈ ਔਰ ਤਪ ਕਾ ਬਲ ਰੱਖਦਾ ਹੈ ਉਸ ਕੋ ਦੇਖਦੇ ਹੋਏ ਸਭ ਰਾਜਾ ਸ਼ਿਕ੍ਰਿਤ ਹੋ ਗਏ ਔਰ ਆਚਾਰਜ ਕਹਿ ਕਰ ਬੋਲੇ ਕਿ ਮਹਾਰਾਜ ਜੈ ਆਪਕੇ ਬੁਲਾਣੇ ਸੇ ਕਿਉਂ ਕਰ ਜੀ ਉਠਾ ਮੈਂ ਕੌਣ ਸਾ ਤਪ ਹੈ ਜਿਸ ਕੇ ਕਰਨੇ ਸੇ ਮਰਾ ਹੋ ਮਨੁੱਖ ਫਿਰ ਜੀ ਜਾਤਾ ਹੈ ਹਮ ਉਸ ਕੋ ਸੁਣਨਾ ਚਾਹਤੇ ਹੈ ਜੈ ਸੁਣ ਕਰ ਉਸ ਮੁਨੀ ਉੱਤਰ ਦਿਆ ਕਿ ਹਮ ਲੋਕੋ ਕੋ ਮ੍ਰਿਤੂ ਨਹੀਂ ਜੀਤ ਸਕਦੀ ਜੀਤ ਨਹੀਂ ਸਕਦੀ ਹੈ ਕਾਰਨ ਜੀਤਨੇ ਕਾ ਜੇ ਹੈ ਕਿ ਹਮ ਲੋਕ ਸਦੀਵ ਸੱਤ ਬੋਲਤੇ ਹੈ ਝੂਠ ਕੋ ਜਾਣਤੇ ਵੀ ਨਹੀਂ ਔਰ ਆਪਣੇ ਧਰਮ ਪਰ ਅਚਲ ਹੈ ਔਰ ਜੋ ਬਾਤ ਬ੍ਰਾਹਮਣ ਕੀ ਕੁਸ਼ਲ ਕਰਨ ਵਾਲੀ ਹੋਤੀ ਹੈ ਉਸੇ ਬ੍ਰਾਹਮਣ ਸੇ ਕਹਿ ਦੇਤੇ ਹੈ ਔਰ ਉਨਕੇ ਦੋਰੋ ਚਾਰੋ ਕਾ ਨਾਮ ਕਿਸੀ ਸੇ ਲੇਤੇ ਵੀ ਨਹੀਂ ਔਰ ਅਤਿਥਿਯੋ ਕੋ ਅੰਨ ਦਾਨ ਔਰ ਪ੍ਰੇਤਾਓ ਕੋ ਭੋਜਨ ਆਦਿ ਸੇ ਸਪੰਨ ਕਰਕੇ ਜੋ ਸ਼ੇਖ ਰਹਿ ਜਾਤਾ ਹੈ ਉਸ ਕੋ ਹਮ ਲੋਕ ਭੋਗ ਲਗਾਤੇ ਹੈ
और क्षमाशील और शांत सुवारा कर इंद्रियों का दमन करते हैं और पुनः देशों में वास करके तीर्थों पर दान देते हैं। हे राजा, जो मृत्यु जीतने का पहले समस्त कारण तुमने हमने तुम लोगों से कहा है, अब तुम सब जाओ, तुमको ब्राह्मण के मारने का पाप न लगेगा। जय सुन का दंडवत कर सब चले गए, सत बोलने का ये फल है। पांचवा मन का श्रवण रूपी तप करे, छेवा जो दैवी संपदा के उत्तम गुण है उन इनको निग्रह नाम संग्रह करे, गुण नाम इंद्रियों के निग्रह नाम दमन का है। हांजी, जेडी इंद्रियां माड़े पास जानी उन्हों रोकना, अखा ना पराए रूप नहीं देखने, कन्ना ना निंदा नहीं सुननी, जवाना झूठ, पैरां ना माड़े पास नहीं जाना, हथा ना चोरी, शरीर करके कोई बदफैली नहीं करनी, सातवां सब को हरि रूप जानकार सब पर कृपा करे, माता की भक्ति, पिता की भक्ति, गुरु की भक्ति, सत बोलना, तप करना, गुण का संग्रह, बा दमन और सब पर दया करनी, जे सब अंतर के तीर्थ हैं, ये सातों ही अंदरों बाहरों पवित्र करने वाले हैं, पाविना को तारने से मन शुद्ध हो जावे हैं। इसमें संसार ने अधिकारियों दे भेद से महात्मों ने शास्त्र में अनेक तरह के अनेक और भी तीर्थ कहे हैं, सो दिखाते हैं। सर्व विद्या तीर्थे जगती विबुदा, साधवासा तीर्थे गंगा तीर्थे, मलन मनसो योगी ना ध्यान तीर्थे, तारा तीर्थे तरन पत्यो दान तीर्थे, तनाडीजा लज्जा तीर्थे, कुल ज्योतिया पातंग ख्याल जंती, भाव की है, भाव यह है विद्यार्थी बालक विद्या रूपी तीर्थ में, जरा विद्यार्थी विद्या रूपी तीर्थ है, और मूर्खता आदि पापों पर ख्यालन करे, जेडे मूर्ख पुणे के पाप उन्होंने धोवे, भाव यह है बालकों का विद्या रूपी तीर्थ है, साधु का सत रूपी तीर्थ है, इसमें अपने पापों का नाश करे, और अत्यंत जो मलम मन पुरुष है सो गंगा आदि तीर्थों में अपने पापों की निवृत्ति करे, योगी जन जड़े है वो परमात्मा के ध्यान रूपी तीर्थ में अपने पापों का नाश करे, दुष्टों को दमन करने के लिए खड्ग धारा रूपी तीर्थ में राजा अपने पापों का नाश करे, राजा जड़ा तलवार चके दुष्टों का सफाया करे, उदले यही तीर्थ है। धनी पुरुष दान रूपी तीर्थ में अपने पापों का नाश करे, शुभ कुल की स्त्रियां लज्जा रूपी तीर्थ में अपने पापों का नाश करे, ये ना कि बदफैली कर दिया फिर पापति वर्ता धर्म रखे, इति गृहस्थी पुरुष का मुख धर्म अतिथि की सेवा करनी, ब्रह्मचारी का मुख धर्म गुरु की सेवा करनी, वानप्रस्थी का मुख धर्म तप करना, सन्यासी का मुख धर्म ब्रह्म विद्या का विचार करना, इनों बत जग्यासु का मुख धर्म मल विक्षेप से रहत चतुष्टे साधन सपन होना, ये जिज्ञासु का पूछण है, अब मुझको पूछण और भी कहो, आगे दिखाते हैं, तुम सुनो, शीतल सगंध मंद भूखन प्रपंजन को धर्म स्वय जस बाणी मोन के विचारी है, किमा तप तारी विद्या विपर को विचारी, निज पात ब्रत नारी धन दान पात्र पारी है, उपशम ज्ञानी पुन पंडित अमानी सूर, सांझम स्वैवानी नरपत नीत प्यारी है, देह को प्रधान दृग अमृता महान जग भगवान पाद प्रभु वंदना हमारी है। बाजू का जे पूछण की आवादा, शीतल कहिए ठंडी और सगंध वाली और मंद नम धीरे धीरे चले,
ਐਮ ਪਰਪੰਜਨ ਨਾਮ ਜੀ ਪਵਨ ਕਾ ਭੂਖਨ। ਜਦੋਂ ਨੇਰੀ ਬਣ ਜਾ ਕਿੰਨਿਆਂ ਨੂੰ ਕਲੇਸ਼ ਲੈਂਦੀ ਹੈ, ਹੌਲੀ ਹੌਲੀ ਚੱਲੇ ਠੰਡੀ ਵੀ ਹੋਵੇ ਉਹ ਹਵਾ ਸੋਹਣੀ ਲੱਗਦੀ ਨਾ। ਇਹਨਾਂ ਤੀਨ ਬਾਤੋਂ ਸੇ ਪਵਨ ਸ਼ੋਭਾ ਪਾਤੀ ਹੈ। ਧਰਮ ਅਰ ਸ੍ਰੇਸ਼ਟ ਜਸ ਕਾ ਭੂਸ਼ਣ ਗਿਆ ਹੈ ਹੁੰਦਾ ਹੈ। ਧਰਮ ਸ੍ਰੇਸ਼ ਬਾਣੀ ਮੋਨ ਕੇ ਵਿਚਾਰੀ ਧਰਮ ਕਰਕੇ ਤਥਾ ਸ੍ਰੇਸ਼ ਜਸ ਲੈ ਕੇ ਮਹਾਤਮਾ ਨੇ ਵਿਚਾਰ ਕੇ ਜੇ ਕਹਾ ਹੈ ਮੌਨ ਰਹਿਣਾ ਇਹ ਹੁਣ ਕਾ ਭੂਸ਼ਣ। ਕਿਸੇ ਦੀ ਵਡਿਆਈ ਕਰੇ ਇਹ ਨੀ ਐਵੇਂ ਫੁਲੇ ਫਿਰੇ ਗੁਪੌੜੇ ਮਾਰਨ ਲੱਗ ਪਿਆ, ਉਹਦਾ ਫਿਰ ਖਮੋਸ਼ ਰਹਿਣਾ ਇਸ ਕਾ ਭਾਵ ਇਹ ਹੈ। ਧਰਮ ਕਰਕੇ ਅਰ ਜਸ ਲੈ ਕੇ ਮੌਨ ਰਹੇ ਸ਼ੁਭ ਹੋਤਾ ਹੈ, ਨਹੀਂ ਫਿਰ ਧਰਮ ਅਰ ਜਸ ਚਲਾ ਜਾਤਾ ਹੈ। ਹਰ ਆਪਣਾ ਧਰਮ ਕੀਆ ਹੋ ਆਪਣੀ ਬਾਣੀ ਸੇ ਜਾ ਹਰ ਇੱਕ ਕੋ ਕਹੇਗਾ ਫਿਰ ਕਹਿੰਦੇ ਉਹ ਨਾਸ ਹੋ ਜਾਂਦਾ ਤਾਂ ਤਬ ਜਜਾਤੀ ਵਾ ਧਰਮ ਨਸ਼ਟ ਹੋ ਜਾਏਗਾ। ਕਿਸੀ ਵਾਸਤੇ ਧਰਮ ਕਰਕੇ ਚੁੱਪ ਰਹੇ, ਕਿਸੇ ਅੱਗੇ ਨਾਮ ਨਾ ਲੈ ਆਪਣਾ ਜਸ ਸੁਣ ਕੇ ਆਪਣੇ ਮੁਖ ਸੇ ਨਾਰਦ ਵਤ ਆਪਣੀ ਵਡਿਆਈ ਨਾ ਕਰਨੇ ਲੱਗ ਜਾਵੇ। ਨਵੇਂ ਹਮ ਐਸੇ ਹੈ ਇਸੀ ਵਾਸਤੇ ਇਹਨੂੰ ਦੋਨੋਂ ਬਾਤੋਂ ਸੇ ਮੌਨ ਹੀ ਪੂਛਣ ਹੈ। ਤਪੱਸੀ ਕਾ ਕੀ ਪੂਛਣ ਹੈ, ਖੇਮਾ ਤਪਧਾਰੀ ਤਪ ਕਰਨੇ ਵਾਲੇ ਕਾ ਪੂਛਣ ਖੇਮਾ ਹੈ। ਕਾਹੇ ਤੇ ਤਪ ਕਰਕੇ ਹਰ ਇੱਕ ਦਰਵਾਸ਼ਾ ਵਿੱਚ ਸਰਾਪ ਦਿੰਦਾ ਰਹੇਗਾ ਤਬ ਉਸ ਕਾ ਸਾਰਾ ਤਪ ਨਸ਼ਟ ਹੋ ਜਾਏਗਾ। ਇਸ ਵਾਰ ਤਪੱਸੀ ਕਾ ਭੂਖਣ ਹੈ। ਇੱਕ ਕੋਈ ਸੀਗਾ, ਉਸਨੇ ਨਾ ਕੋਈ ਮੰਤਰ ਸਿੱਧ ਕਰ ਲਿਆ, ਸਿੱਧੀ ਹੋ ਗਈ ਤੇ ਉਹ ਜਿਹੜੇ ਫਿਰ ਸਿੱਧ ਕਰਦੇ ਨਾ ਭੂਤਣੇ ਗੰਦ ਖਾਂਦੇ ਆ ਤੇ 40 ਦਿਨ ਲੰਮੇ ਪੈ ਰਹਿਣ ਤੇ ਉਹ ਕੋਈ ਲੰਘਿਆ ਘੋੜੇ ਤੇ ਸੀ ਉਹਨੇ ਕਿਹਾ ਮੈਨੂੰ ਮੱਥਾ ਨਹੀਂ ਟੇਕਿਆ, ਹੁਣ ਜਾ ਕੇ ਘੋੜੇ ਥੱਲੇ ਸਿੱਟਦਾ। ਉਹ ਫਿਰ ਲੰਘਿਆ ਫਿਰ ਸਿੱਟਦਾ। ਤੀਜੀ ਵਾਰੀ ਫਿਰ ਹੈਂ ਉਹ ਕਹਿੰਦਾ ਵੀ ਚਲੋ ਤੂੰ ਸਿੱਟਿਆ ਮੈਂ ਘੋੜੇ ਬਹਿ ਗਿਆ, ਹੈਂ ਤੇਰੇ ਪੱਲੇ ਤਾਂ ਗੰਦੇ ਪਿਆ ਤੇ 40 ਦਿਨ ਫੱਟੇ ਦੇ ਵੀ ਪਿਆ, ਉਹ ਜਿਹੜੀ ਰਿੱਧੀ ਸਿੱਧੀ ਕੀਤੀ ਉਹ ਸੀ ਉਹ ਵੀ ਖਤਮ ਹੋ ਗਈ। ਇਸ ਕਰਕੇ ਕਹਿੰਦੇ ਫਿਰ ਜਿਹੜੇ ਸਰਾਪ ਦਿੰਦਾ ਉਹਦਾ ਤਪ ਨਸ਼ਟ ਹੋ ਜਾਂਦਾ। ਇਸ ਕਰਕੇ ਜਿਹੜਾ ਤਪੱਸੀ ਆ ਉਹਨੂੰ ਖਿਮਾ ਕਰਨੀ ਚਾਹੀਦੀ ਹੈ। ਬ੍ਰਾਹਮਣ ਕਾ ਕੀ ਭੂਖਣ, ਮੂਲ ਵਿਦਿਆ ਵਿਪਰ ਕੋ ਆਚਾਰੀ ਸ਼ਾਸਤਰ ਮੈਂ ਬ੍ਰਾਹਮਣ ਕਾ ਭੂਖਣ ਵਿਦਿਆ ਆਚਰਨ ਕਰੀਏ। ਬ੍ਰਾਹਮਣ ਵਿਦਿਆ ਬਿਨਾਂ ਸੋਭਾ ਨਹੀਂ ਪਾਤਾ, ਬ੍ਰਾਹਮਣ ਕਾ ਵਿਦਿਆ ਭੂਖਣ। ਹੁਣ ਪਹਿਲਾਂ ਸਾਰੇ ਦੱਸੇ ਨਾ ਜਿਹੜਾ ਵਿਦਿਆਰਥੀ ਹੈ ਉਹਦਾ ਭੂਸ਼ਣ ਕੀ ਹੈ, ਵਿਦਿਆ ਪੜ੍ਹਨੀ, ਗੁਰੂ ਦੀ ਸੇਵਾ ਕਰਨੀ, ਹੁਕਮ ਵਿਚ ਰਹਿਣਾ ਹੈ। ਕੱਲਿਆਂ ਕੱਲਿਆਂ ਦਾ ਹੁੰਦਾ ਸੁਲੇ, ਹਵਾ ਬਾਰੇ ਵੀ ਦੱਸਿਆ, ਤਪੱਸੀ ਬਾਰੇ ਵੀ ਦੱਸਿਆ, ਬ੍ਰਾਹਮਣ ਬਾਰੇ ਵੀ ਦੱਸਿਆ। ਇਸਤਰੀਆਂ ਦਾ ਕੀ ਭੂਖਣ, ਨਿਜ ਪਤ ਬਰਤ, ਹਾਂਜੀ ਨਿਜ ਪਤ ਬਰਤ ਨਾਰੀ ਪ੍ਰਤੀਵਰਤਾ ਧਰਮ ਇਸਤਰੀਓ ਕਾ ਆਪਣਾ ਮੁੱਖ ਧਰਮ ਹੈ। ਇਹਨਾਂ ਇਸਤਰੀਓ ਕੇ ਧਰਮ ਮੁਝ ਕੋ ਖੋਲ ਕੇ ਸੁਣਾਓ, ਹਮ ਕਹਤੇ ਹੈ ਤੁਮ ਸੁਣੋ। ਪਰ ਅੰਨ ਕਾਂਡ ਮੈਂ ਅਨਸੂਆ ਇਸਤਰੀਓ ਕੇ ਧਰਮ ਸੀਤਾ ਕੋ ਸੁਣਾਤੀ ਹੈ। ਜਦੋਂ ਮਹਾਰਾਜ ਬਨਵਾਸ ਚ ਗਏ ਨਾ ਤੇ ਉੱਥੇ ਤੇਰੇ ਰਿਸ਼ੀ ਦੇ ਕੋਲੋਂ ਮਾਤਾ ਅਨਸੂਈਆ ਸੀ, ਸੀਤਾ ਨੂੰ ਭੁਜਿਆ ਮਹਾਰਾਜ ਰਾਮਚੰਦਰ ਜੀ ਤੇ ਸਿੱਖਿਆ ਲੋ, ਉਹ ਫਿਰ ਅਨਮੇ ਨੇ ਜਿਹੜਾ ਜੰਗਲ ਦਾ ਕਾਂਡ ਸੀ ਜੰਗਲ ਚ ਰਹਿ ਫਿਰ ਉਹਨੇ ਦੱਸਿਆ ਚੌਪੇ ਕਹਿ ਰੇਖ ਬਧੂ ਸਰਲ ਮ੍ਰਿਦ ਬਾਣੀ ਮਿੱਠੀ ਬਾਣੀ ਨਾ ਕਿਹਾ ਨਾਰ ਧਰਮ ਕਸ਼ ਵਿਆਜ ਵਿਖਾਣੀ। ਫਿਰ ਨਾਰੀ ਦੇ ਧਰਮ ਬਾਰੇ ਕੋਈ ਦੱਸਿਆ, ਮਾਤਪ ਦਾ ਭਰਾ ਤਾਹਿਤ ਗੌਰੀ, ਹਾਂਜੀ ਮਿੱਤ ਸੁਖ ਪ੍ਰਦ ਸੁਨ ਰਾਜਕੁਮਾਰੀ, ਮਾਤਾ ਪਿਤਾ ਭਰਾ ਦਾ ਹਿੱਤ ਤੇ ਇਹ ਫਿਰ ਕਹਿੰਦੇ ਤੂੰ ਸਾਰੀ ਰਾਜਕੁਮਾਰੀ ਸੁਣ ਲਾ। ਅੰਮ੍ਰਿਤ ਦਾਨ ਭਰਤਾ ਵੈ ਦੇਹੀ
ਆਦਮ ਸੋ ਨਾਰਜੋ ਸੇਵਨ ਤੇ ਹੀ ਧੀਰੇ ਧਰਮ ਮਿੱਤਰ ਨਾਰੀ ਆਪਦ ਕਾਲ ਪਰਸਿ ਚਾਹ ਧੀਰਜ ਨੂੰ ਧਰਮ ਨੂੰ ਮਿੱਤਰ ਨੂੰ ਇਸਤਰੀ ਨੂੰ ਜਦੋਂ ਬਿਪਤਾ ਪੈ ਜਾਏ ਨਾ ਫੇਰ ਪਰਖ ਹੁੰਦੀ ਆ ਫੇਰ ਸਹੀ ਆ ਕਿ ਨਹੀਂ ਤੇ ਜਿਹੜਾ ਫਿਰ ਬਿਪਤਾ ਛੱਡ ਕੇ ਇਸਤਰੀ ਚਲੇ ਜਾਂਦੀ ਹੈ ਫਿਰ ਪਤੀ ਵੱਲ ਤਾਂ ਧਰਮ ਤਾਂ ਨਾ ਹੋਇਆ ਸੀਤਾ ਨੇ ਭਾਵੇਂ ਬਨਵਾਸ ਰਿਹਾ ਆਪਣਾ ਧਰਮ ਨੀ ਨਾ ਤਿਆਗਿਆ ਤੇ ਅੱਜ ਉਹਦੀ ਪੂਜਾ ਹੁੰਦੀ ਹੈ ਮਹਾਰਾਜ ਰਾਮ ਚੰਦਰ ਦਾ ਨਾਮ ਬਾਅਦ ਚ ਲੈਂਦੇ ਆ ਕੋਈ ਰਾਮ ਸੀਤਾ ਨੀ ਕਹਿੰਦਾ ਸਾਰੇ ਸੀਤਾ ਰਾਮ ਕਹਿੰਦੇ ਆ ਸੀਤਾ ਦਾ ਨਾਮ ਪਹਿਲਾਂ ਆਉਂਦਾ ਅੱਛੇ ਚਾਰ ਚੀਜ਼ਾਂ ਕਹਿੰਦੇ ਤਾਂ ਪਰਖੇ ਜਾਂਦੇ ਬਿਰਧ ਰੂਪ ਬਸ ਜੜ ਤਨਹੀਨਾ ਅੰਧ ਵਰਦ ਕਰੂਦੀ ਅਥੇ ਬਜੁਰਗ ਆ ਹਾਂਜੀ ਮੂਰਖ ਆ ਧਨ ਤੋਂ ਹੀਨ ਆ ਕਰੋਧੀ ਆ ਅੱਖਾਂ ਤੋਂ ਨੇਤਰਾਂ ਤੋਂ ਰਹਿਤ ਆ ਕਹਿੰਦੇ ਐਸੇ ਹੋ ਪਤ ਕਰਕੇ ਆਪਾਂ ਨੂੰ ਕਹਿੰਦੇ ਭਾਵੇਂ ਪਤੀ ਐਸਾ ਵੀ ਉਹਦਾ ਨਿਰਾਦਰ ਨੀ ਕਰਨਾ ਚਾਹੀਦਾ ਨਾਰ ਪਾਵ ਜੰਪਰ ਦੁਖਨਾ ਨਾ ਐਸੇ ਇੱਕ ਧਰਮ ਭਗਤ ਨੇਮ ਕਾਇ ਵਚਨ ਮਨ ਪਰ ਮਦ ਪ੍ਰੇਮ ਜਗ ਤਪ ਬ੍ਰਤ ਚਾਰ ਵਿਦ ਇਹੀ ਵੇਦ ਪੁਰਾਣ ਸੰਤ ਇਸ ਕਹੀ ਇਸ ਕਰਕੇ ਕਹਿੰਦੇ ਆ ਇਸ ਇਸਤਰੀ ਦਾ ਫਰਜ਼ ਹੈ ਕਿ ਇਹਨਾਂ ਨਿਯਮਾਂ ਚ ਰਹਿ ਕੇ ਸੇਵਾ ਕਰੇ ਦੁਆਰਾ ਉਤਮ ਮਧਮ ਨੀਚ ਲਗ ਸਰਲ ਸਕਲ ਕੋ ਸਮਝਾਏ ਆਗੇ ਸੁਣੇ ਤਾਂ ਭਗਤ ਰਹਿ ਸੁਣੇ ਸੀਏ ਚਿਤਲਾਏ ਕਹਿੰਦੇ ਜਿਹੜਾ ਹੁਣ ਉੱਤਮ ਕੇ ਅਸਮਨ ਮਾਏ ਜਿਹੜੇ ਉੱਤਮ ਉਹਦਾ ਮਨ ਚ ਸੁਪਨੇਵਾਨ ਪੁਰਖ ਜਾਣ ਕਹਿੰਦੇ ਉਹ ਸੁਪਨੇ ਚ ਵੀ ਪਰਾਏ ਪੁਰਖ ਦਾ ਧਿਆਨ ਨਹੀਂ ਕਰਦੀ ਮਧਮ ਪਰ ਪਤ ਦੇਖਿਆ ਗਿਆ ਸੀ ਜਿਹੜੀ ਮਧਮ ਹੈਗੀ ਇਸਤਰੀ ਪਤੀ ਨੂੰ ਕਿਵੇਂ ਦੇਖੇ ਭਰਾਤਾ ਪਿਤਾ ਪੁੱਤਰ ਨੇ ਜਿਵੇਂ ਭਰਾ ਆ ਪੇ ਆ ਪੁੱਤਰ ਧਰਮ ਵਿਕਾਰ ਸਮਝ ਕੁੱਲ ਕਰ ਰਹੇ ਧਰਮ ਨੂੰ ਵਿਚਾਰ ਕੇ ਕੁੱਲ ਨੂੰ ਤੇ ਫੇਰ ਸੋ ਨਿਸ਼ਕਪਟ ਸ਼ੋਤਿਆਂ ਕਿਹਾ ਜਿਹੜੀ ਨਿਸ਼ਕਪਟ ਤੋਂ ਰਹਿਤ ਰਹਿੰਦੀ ਬਿਨਾਂ ਅਵਸਰ ਪੈ ਤੇ ਰਹਿ ਜੋ ਕੋਈ ਮੌਕਾ ਨੀ ਭੈ ਵਿਚ ਜਾਨੂ ਦਾ ਆਦਮ ਨਾਲ ਪੋਤੀ ਜੇ ਦਰਜੇ ਦੀ ਪਤ ਵੰਚਨ ਪਰ ਪਤ ਤਰਗ ਜਿਹੜੇ ਪਤੀ ਨਾਲ ਠੱਗੀ ਕਰਕੇ ਪਰਾਇਆ ਨਾ ਰੌਰਵ ਨਰਕ ਕਲਪ ਸਤ ਹੋਈ ਉਹ ਰੌਰਵ ਜਿਹੜਾ ਨਰਕ ਹੈ ਨਾ ਉੱਥੇ ਸੱਤ ਕਲਪ ਕਹਿੰਦੇ ਜਗ ਪੈਂਦੀ ਖਿਣ ਸੁਖ ਲਾਗ ਜਨਮ ਸਤ ਹੋਏ ਕੋਟੀ ਖਿਣ ਸੁਖ ਚ ਲਾ ਕੇ ਜਨਮ ਨੂੰ ਨਾਸ ਕਰਨਾ ਦੁਖ ਨੂੰ ਸਮਝਦੇ ਉਹਨੂੰ ਫਿਰ ਬੜਾ ਦੁੱਖ ਹੈ ਬਿਨ ਸ਼ਰਮ ਨਾਰ ਪਰਮ ਗਤ ਲਈ ਮਨ ਚ ਸ਼ਰਮ ਨੀ ਉਹ ਕਿਵੇਂ ਗਤ ਲਈ ਪਤਵਾ ਧਰਮ ਛੱਡ ਚੱਲ ਗਏ ਪਤੀ ਵਾਰ ਧਰਮ ਛੱਡ ਕੇ ਜਿਹੜਾ ਛਲ ਨੂੰ ਗ੍ਰਹਿਣ ਕਰਦੀ ਪਤ ਪਰ ਪ੍ਰਤੀਕੂਲ ਵਿਧਵਾ ਜਿਹੜਾ ਪ੍ਰਤੀ ਦੇ ਉਲਟ ਚੱਲਦੀ ਹੈ ਉਹਨੂੰ ਕਹਿੰਦੇ ਫਿਰ ਅੰਡੇਪੇ ਦਾ ਦੁੱਖ ਨੂੰ ਭੋਗਣਾ ਪੈਂਦਾ ਸੋਲ ਠਾ ਸਹਿਜ ਪਵਨ ਨਾਰ ਭਾਵ ਸੇਵ ਲਹਿ ਜਸ ਗਾਵਤ ਸ਼ੁਰਤ ਚਾਰ ਅਜੂ ਤੁਲਸੀ ਹਰੈ ਪਿਰਿਆ ਕਹਿੰਦੇ ਪਤੀ ਬਿਨਾਂ ਦੂਜਾ ਪੁਰਸ਼ ਜਿਹੜਾ ਨਜ਼ਰ ਨਾ ਆਵੇ ਜੇ ਇਸਤਰੀਆਂ ਦਾ ਭੁਖਣਾ ਧਨ ਦਾ ਭੁਖਣ ਕੀ ਹੈ ਦਾਨ ਧਨ ਦਾਨ ਪਾਤਰ ਭਾਰੇ ਅਧਿਕਾਰੀ ਕੋਈ ਧਨ ਦਾ ਦਾਨ ਦੇਣਾ ਧਨ ਦਾ ਵੱਡਾ ਭਾਰੀ ਭੂਸ਼ਣ ਹਾਂਜੀ ਪਾਤਰ ਕਿਹਨੂੰ ਕਹਿੰਦੇ ਜੋ ਪੁਰਸ਼ ਪਰਮੇਸ਼ਰ ਭਜਨ ਕਰਤਾ ਹੋਰ ਸ਼ਾਂਤ ਚਿਤ ਹੋ ਕੇ ਅਧ ਕ੍ਰਿਸ਼ਨ ਵਾਨਾ ਹੋ ਜੋ ਲੈ ਕਰ ਭਲੇ ਪਾਸੇ ਲਗਾਵੇ ਵਿਸ਼ਾ ਮੈਂ ਖਰਚ ਨਾ ਕਰੇ ਤੇ ਇਸ ਕੋ ਅਧਿਕਾਰੀ ਇਹ ਨੀ ਹਾਂਜੀ ਇੱਥੋਂ ਲੈ ਲਿਆ ਜਾ ਕੇ ਸ਼ਰਾਬ ਪੀ ਲਈ ਉਹ ਫਿਰ ਪਾਤਰ ਦਿਨ ਨਾ ਹੋਇਆ ਜਾਂ ਸਿਨੇਮਾ ਦੇਖਣ ਚਲ ਗਿਆ ਹਾਂਜੀ ਜਿਹੜਾ ਅਧਿਕਾਰੀ ਉਹ ਪਾਤਰ ਹੈ ਖੁਦਿਆ ਵਨ ਗਰੀਬ ਅਵਗਤ ਅਭਿਆਗਤ ਕੋ ਦਾਨ ਜੋਣਿਆ ਭੁੱਖਾ ਆ ਗਰੀਬ ਆ ਅਤਿਥੀ ਉਹਨੂੰ ਦਾਨ ਦੇਣਾ ਜੋ ਵੀ ਧਨ ਕਾ ਭੁੱਖਣ ਹੈ ਗਿਆਨਵਾਨ ਕਾ ਭੁੱਖਣ ਕੀ ਹੈ ਉਪਸ਼ਮ ਗਿਆਨੇ ਗਿਆਨਵਾਨ ਕਾ ਉਪਸ਼ਮ ਨੇ ਬਰਾਗ ਭੁੱਖਣ ਉਹਦੇ ਮਨ ਚ ਬਰਾਗ ਹੋਵੇ ਗਿਆਨੀ ਧਨ ਕਾ ਲਾਲਚੀ ਨਾ ਹੋਵੇ ਤਬ ਸੋਭਾ ਨੀ ਪਾਵੇ ਚਾਤਰ ਮੈਂ ਕਹਿੰਦਾ ਨਿਸ਼ਚੇ ਮੈਂ ਗਿਆਨ ਮੁਖ ਮੈਂ ਭਗਤੀ ਬਰਤਨ ਮੈਂ ਬਰਾਗ ਹੋ
ਤੋ ਗਿਆਨਵਾਨ ਸੋਭਾ ਪਾਵੇ ਹੈ। ਗਿਆਨਵਾਨ ਗਿਆਨ ਕਿਸ ਕੋ ਕਹੇ ਹਨ? ਜੀ ਬ੍ਰਹਮ ਕੀ ਏਕਤਾ ਜੋਈ ਹਸਤ ਬਿਲ ਸੰਭਾਕ ਪਸੈ ਸੋਈ ਸ਼ੁਰਤੀ ਜਾਹੇ ਕੇ ਗਿਆਨ ਵਖਾਨ ਜਾਂ ਕੋ ਪਾਏ ਹੋ ਭਾਵ ਹਨ। ਗਿਆਨ ਦਾ ਸਰੂਪ ਕੀ ਹੈ? ਪੰਡਿਤ ਕਾ ਕੀ ਭੁੱਖਣ ਹੈ ਵਿਦਵਾਨ ਦਾ ਹੁਣ ਪੰਡਿਤ ਅਮਾਨੀ ਜਿਹੜਾ ਵਿਦਵਾਨ ਪੰਡਿਤ ਹੰਕਾਰ ਸਿਰਿਆ ਧੋਣਾ ਵਿਦਿਆ ਦਾ ਮਾਣ ਨਾ ਕਰਨਾ ਨਿਰਹੰਕਾਰ ਹੋ ਕੇ ਸੰਸਾਰ ਮੇ ਰਹਿਣਾ ਜੇ ਪੰਡਿਤ ਕਾ ਭੁੱਖਣ ਹੈ। ਦ੍ਰਿਸ਼ਟਾਂ ਉਪਰ ਸੇ ਜੈਸੇ ਫਲ ਰਿਹਾ ਬਿਰਛ ਕੀ ਸ਼ਾਖਾ ਉੱਚੀਆਂ ਹੋ ਜਾਵੇ ਜਾਂ ਫਲ ਪੜੇ ਹੈ ਤਬ ਸ਼ਾਖਾ ਨੀਵੇ ਹੋ ਜਾਵੇ ਹੈ। ਜੈ ਤੈਸੇ ਜੋ ਉਤਮ ਪੁਰਸ਼ ਹੈ ਵਿਦਿਆ ਕਾ ਧਨ ਕੋ ਪਾ ਕਰ ਹੰਕਾਰ ਨਹੀਂ ਕਰੇ ਹੈ ਉਲਟਾ ਚਿੱਤ ਸੇ ਨੀਵੇ ਹੋ ਜਾਵੇ। ਜੋ ਵਿਦਿਆ ਪੜ ਕੇ ਹੰਕਾਰ ਕਰਤੇ ਹੈ ਸੋ ਤੁਮ ਜਾਣੋ ਵਿਦਿਆ ਨੇ ਉਨਕੋ ਉਲਟਾ ਫਲ ਦਿਆ ਹੈ। ਸੂਰਮੇ ਕਾ ਭੁੱਖਣ ਕੀ ਹੈ? ਸੂਰ ਸੰਯੋਗ ਬਾਣੀ ਦਾ ਸੰਯੋਗ ਕਰਨਾ ਸੂਰਮੇ ਕਾ ਭੁੱਖਣ ਹੈ। ਆਪਣੀ ਬਾਣੀ ਕਰ ਜੇ ਹੈ ਜੀ ਕਹਿੰਦਾ ਫਿਰ ਮੈਂ ਬੜਾ ਸੂਰਮਾ ਹਾਂ ਉਵੇਂ ਗਪੌੜੇ ਮਾਰੀ ਜੇ ਮੈਂ ਆਪਣੇ ਅੱਗੇ ਕਿਸੇ ਵੀ ਠਹਿਰਨੇ ਨਹੀਂ ਦਿੱਤਾ ਹੂੰ ਐਸੇ ਗਨ ਸੂਰਮਾ ਸੋਭਾ ਨਹੀਂ ਪਾਤੇ। ਜੋ ਕਹਿਤਾ ਹੈ ਸੋ ਸੂਰਮਾ ਨੇ ਜੋ ਕਹੇ ਨਹੀਂ ਹਰ ਕਰਕੇ ਦਿਖਾਵੇ ਬਹੁਤ ਸੂਰਮਾ ਹੈ। ਜਿਵੇਂ ਕੋ ਪਠਾਨ ਹੁੰਦਾ ਸੀ ਉਹਦਾ ਨਾਂ ਤੀਸ ਮਾਰ ਖਾਂ ਸੀ ਜਿਹੜੇ ਜਾਣਾ ਤੇ ਉਹ ਜਿੱਥੇ ਜਾਂਦਾ ਸੀ ਕਿ ਸਾਡੇ ਜਵਾਈ ਹੈ ਬੜੀ ਪੂਜਾ ਕਰਨੀ ਤੇ 30 ਬੰਦੇ ਨੇ ਮਾਰੇ ਆ ਬੜਾ ਬਹਾਦਰ ਹੈ। ਇੱਕ ਜਲਾਹਾ ਸੀ ਉਹ ਵੀ ਸੋਹਰੀ ਚ ਲੱਗਿਆ ਕਹਿੰਦੇ ਵੀ ਮੈਨੂੰ ਨੀ ਕਹਿੰਦੇ ਉਹ ਕਹਿੰਦੇ ਤੈਂ ਕਿਹੜੇ ਜਾ ਕੇ ਉਹਦੇ ਲਈ ਕੋਈ ਕੁਰਬਾਨੀ ਕੀਤੀ ਹੈ ਹੈਂ ਕਹਿੰਦਾ ਅੱਛਾ ਇਹਨੂੰ 30 ਮਾਰ ਖਾਂ ਕਹਿੰਦੇ 30 ਬੰਦੇ ਜੰਗ ਚ ਮਾਰੇ ਆ ਹੁਣ ਕੀਤਾ ਜਲਾਹੇ ਨੇ 30 ਮੱਖੀਆਂ ਮਾਰ ਕੇ ਲੜ ਬੰਨ ਲਈਆਂ ਹੈਂ ਫਿਰ ਸੋਹਰੀ ਚ ਲੱਗਿਆ ਹੈਂ ਉਹ ਕਹਿੰਦੇ ਮੈਨੂੰ ਤੁਸੀਂ ਨਾ ਮੰਜਾ ਡਾਇਆ ਨਾ ਬਿਸਤਰਾ ਵਿਛਾਇਆ ਫਿਰ ਮੈਨੂੰ 30 ਮਾਰ ਖਾਣੀ ਕਹਿੰਦੇ ਕਹਿੰਦੇ ਵੀ ਉਹਨੂੰ ਤਾਂ ਕਹਿੰਦੇ ਸੀ ਹੁਣ ਜੰਗ ਚ 30 ਬੰਦੇ ਮਾਰੇ ਸੀ ਕਹਿੰਦੇ ਆ ਖੋਲ ਕੇ ਦੇ ਲੋ ਜੇ ਘੱਟ ਹੋ ਗਿਆ ਹੈਂ ਉਹ ਕੋਲ ਦੀ ਹੋਰੀ 30 ਮੱਖੀਆਂ ਹੈਂ ਕਹਿੰਦੇ ਇਹੋ ਜਿਹਾ ਸੂਰਮਾ ਨਾ ਬਣੇ ਹੈਂ ਸਾਰੇ ਸਰੀਰ ਵਿੱਚੋਂ ਨੇਤਰ ਹਾਂਜੀ ਸਾਰੇ ਸਰੀਰ ਮੇ ਨੇਤਰ ਹਾਂਜੀ ਜਿਵੇਂ ਨਾਜਕ ਆ ਜਾਂਦੇ ਕੋਮਲਤਾ ਨੇਤਰੋਂ ਕਾ ਭੁੱਖਣ ਹੈ ਜਿਸ ਤਰ੍ਹਾਂ ਭੁੱਖਣ ਕੀ ਹੈ ਕੋਮਲਤਾ ਇਸ ਮਨੁੱਖ ਸਰੀਰ ਕਾ ਭੂਸ਼ਣ ਕੀ ਹੈ ਕਹਿੰਦੇ ਦੇਹ ਕਾ ਭੂਸ਼ਣ ਪ੍ਰਧਾਨ ਦ੍ਰਿਗ ਹੈ ਅੱਖਾਂ ਬਿਨਾਂ ਦੇਖ ਲਓ ਔਖਾ ਹੀ ਹੈ ਨਾ ਇਸ ਮਨੁੱਖ ਸਰੀਰ ਕਾ ਮੁੱਖ ਵਿਚਾਰ ਰੂਪੀ ਨੇਤਰ ਕਾਹੇ ਜੋ ਮਨੁੱਖ ਸਰੀਰ ਧਾਰ ਕੇ ਵਿਚਾਰ ਰੂਪੀ ਨੇਤਰ ਸੰਪਾਦਨ ਨਹੀਂ ਕਰਦਾ ਗ੍ਰਹਿਣ ਨਹੀਂ ਕਰਦਾ ਉਸ ਕੋ ਲਖ ਅਨੰਤ ਹੈ ਜਾਂਦੇ ਵਿਚਾਰ ਰੂਪੀ ਮਨੁੱਖ ਸਰੀਰ ਕਾ ਭੂਸ਼ਣ ਹੈ ਕਿਸ ਕੇ ਵਿਚਾਰ ਰੂਪੀ ਨੇਤਰ ਹੈ ਉਸ ਕਾ ਭੂਸ਼ਣ ਕੀ ਹੈ ਮੈਂ ਮ੍ਰਿਤ ਦਾ ਮਹਾਨ ਕੋਮਲਤਾ ਉਸ ਕਾ ਮਹਾਨ ਪੁਰਸ਼ ਕੋ ਮ੍ਰਿਤਾ ਨਾਮ ਕੋਮਲਤਾ ਰੱਖਣੀ ਚਾਹੀਦੀ ਹੈ ਵਿਚਾਰਵਾਨ ਕਾ ਕੋਮਲਤਾ ਭੂਸ਼ਣ ਹੈ ਇਸ ਜਗਤ ਨੂੰ ਭੂਸ਼ਣ ਰੂਪ ਕਿਹਾ ਹੈ ਕਹਿੰਦੇ ਜਗ ਭਗਵਾਨ ਇਸ ਸੰਸਾਰ ਮੈਂ ਖੱਟ ਭਾਵ ਸੰਯੋਗ ਜਿਸ ਭਗਵਾਨ ਹੈ ਸੋ ਭੂਸ਼ਣ ਹੈ ਭਗਵਾਨ ਕੇ ਬਿਨਾਂ ਸਭ ਜਗਤ ਅਸਾਰ ਰੂਪ ਹੈ ਭਗਵਾਨ ਕਾ ਨਾਮ ਹੀ ਸਾਰ ਰੂਪ ਹੈ ਇਸ ਭਗਵਾਨ ਕਾ ਭੂਸ਼ਣ ਕੀ ਹੈ ਪਾਦ ਪ੍ਰਿਗੂ ਸ੍ਰੀ ਭਗਵਾਨ ਜੀ ਕੇ ਤਨ ਮੈਂ ਜੋ ਪ੍ਰਯੋਗ ਚਰਨਾ ਦਾ ਚਿੰਨ ਹੈ ਉਨਕਾ ਭੂਸ਼ਣ ਹੈ ਕਿਉਂ ਕਹੇ ਤੇ ਜਬ ਭਗਵਾਨ ਪ੍ਰਯੋਗ ਲੱਤ ਮਾਰੀ ਤਾਂ ਭਗਵਾਨ ਪਰ ਸਾਨੂੰ ਕਹਾ ਹੇ ਪ੍ਰਭੂ ਜੀ ਜੋ ਮੈਂ ਅਵਤਾਰ ਧਨ ਕਰੂੰਗਾ ਸਭ ਅਵਤਾਰੋ ਮੈਂ ਆਪ ਕੇ ਚਰਨੋ ਕਾ ਚਿੰਨ ਹੋਊਗਾ ਜਾਂਦੇ ਭਗਵਾਨ ਕਾ ਭੂਸ਼ਣ ਪ੍ਰਯੋਗ ਪਾਦ ਹੈ ਉਹ ਦੇਵਤਿਆਂ ਚਰਚਾ ਆਪਣੀ ਵੱਡਾ ਦੇਵਤਾ ਕਿਹੜਾ ਹੈ ਪ੍ਰਭੂ ਦੀ ਡਿਊਟੀ ਲਾ ਤੀ ਫਰਕ ਪਿਆ ਪਹਿਲਾਂ ਆਪਣੇ ਪਿਓ ਕੋ ਚਲਾ ਗਿਆ ਬ੍ਰਹਮੇ ਉਹ ਕਹਿੰਦੇ ਤੂੰ ਕਾਹਦਾ ਬਣਿਆ ਫਿਰਦਾ ਹੈ ਵੇਦ ਚੱਕੀ ਫਿਰਦਾ
ਹੁਣ ਕਮੰਡਲ ਚ ਗਿਆ ਠਹਿਰ ਜਾ, ਮੈਨੂੰ ਜੰਮ ਕੇ ਤੂੰ ਮੇਰੀ ਬਰਾਦਰੀ ਕਰਦਾ। ਉਥੋਂ ਆ ਗਿਆ ਤੇ ਸ਼ਿਵ ਜੀ ਗਿਆ, ਤੂੰ ਕਾਹਦਾ ਦੇਵਤਾ ਹੋਏ, ਸਵਾਹ ਮਲਦੀ ਫਿਰਦਾ ਸੱਪ ਪਾਈ ਫਿਰਦਾ ਫਲ, ਹੁਣ ਵੀ ਤੂੰ ਰਸੂਲ ਚ ਠਹਿਰ ਕਰਨਾ ਤੇਰਾ, ਹੁਣੇ ਭੋਗ ਸਵਾਰਨਾ। ਉਥੋਂ ਦੌੜਿਆ ਤੇ ਵਿਸ਼ਨੂੰ ਲੰਮਾ ਪਿਆ ਸੀ, ਉਹਦੇ ਬੱਖੀ ਚ ਲੱਤ ਮਾਰੀ। ਵਿਸ਼ਨੂੰ ਉੱਠ ਕੇ ਕਿਹਾ ਮੈਨੂੰ ਜੀ ਮਾਫ਼ ਕਰ ਦਿਓ, ਮੈਂ ਤੁਹਾਡਾ ਉੱਠ ਕੇ ਸਤਿਕਾਰ ਨਹੀਂ ਕੀਤਾ। ਕਹਿੰਦੇ ਹਾਏ ਦੇਖਣ ਆਇਆ ਸੀ ਹੈਂ ਤੇ ਜੀ ਕਿਨੇ ਮਰਤਾ ਵਿਸ਼ਨੂੰ ਵੱਡਾ। ਫਿਰ ਵਿਸ਼ਨੂੰ ਨੂੰ ਕਹਿੰਦਾ ਮੈਨੂੰ ਮਾਫ਼ ਕਰ ਦਿਓ। ਉਹ ਕਹਿੰਦਾ ਜਦੋਂ ਮੈਂ ਅਵਤਾਰ ਧਾਰਾਂ ਮੇਰੀ ਬੱਖੀ ਚ ਤੇਰਾ ਇਹ ਨਿਸ਼ਾਨ ਹੋਵੇ, ਤਾਂ ਕਹਿੰਦੇ ਭਗਵਾਨ ਜਿਹੜਾ ਨਾ ਉਹਦੀ ਬੱਖੀ ਚ ਉਹ ਚਿੰਨ ਹੁੰਦਾ, ਇਸ ਕਰਕੇ ਕਹਿੰਦੇ ਉਹਦਾ ਭੁੱਖਣ ਇਹ ਜਾਂ ਨਿਮਰਤਾ, ਇਸ ਕਰਕੇ ਕਹਿੰਦੇ ਬੰਦਨਾ ਹਮਾਰੀ ਹੈ, ਉਹਨੂੰ ਸਾਡੇ ਨਮਸਕਾਰ ਹੈ। ਪ੍ਰਿਗੂ ਪਾਦਕ ਜਨਮ ਵਾਲੇ ਭਗਵਾਨ ਕੋ ਮਨ ਕਰਮ ਬਚਨ ਸੇ ਮੇਰੀ ਨਮਸਕਾਰ ਹੋਵੇ, ਇਹੀ ਮੇਰਾ ਭੂਸ਼ਣ ਹੈ। ਅੱਗੇ ਹੁਣ ਦੱਸਣਗੇ ਉਹ, ਫਿਰ ਆਪਾਂ ਵਿਚਾਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।